जिमीदार जिहड़े भरा आ उह इक वार फिर तो अग लाउण दे लई मजबूर जिहड़े उह होए पए आ। दूर तुसीं देख रहे हां कि किसे जिमीदार ने उत्थे अग लगाई होई आ, क्योंकि बेलर जिहड़े आ उस इस एरिए दे विच बिल्कुल सरकार ने प्रोवाइड नहीं किए, जबकि एरिया जिहड़ा आ उह बहुत वड्डा सी। इधर भी तुहानूं दिखाउण दी कोशिश करदे हां कि इधर भी जिहड़ी आ उह अग उह लगाई होई आ। जे बेलर प्रोवाइड हो जांदे इस एरिए नूं तां किसे बंदे नूं इह जरूरत नहीं सी किसान नूं कि अग लाउण दी उह नौबत आउंदी। पंजाब दा किसान जिथे झोना सरकारां द्वारा ना चुकण ते दुखी सी, उत्थे हुण इक होर दुखांत जिहड़ा आ उह किसान नाल वापर रिहा। सरकारां ने हालांकि पराली चक्कण वास्ते बहुत सारियां मशीनां जिहड़ियां आ उह प्रोवाइड कराइयां, सबसिडी भी दित्ती गई, पर उस दे बावजूद भी ब्लाक माछीवाड़ा दे शेरपुर एरिया जिहड़ा हैगा इहदे विच 8-10 पिंड जिहड़े आ उस एरिए दे विच कोई भी मशीन ना होण कारण इत्थे बहुत वड्डी वड्डी जिहड़ी समस्या आ उह पेश आ रही आ। मशीनां दो जिहड़ियां ने उह रोपड़ जिले तो इक महतोत ते इक बेला, दो एरिए तो मशीनां इस एरिए विच चलदियां ने, उह 500 रुपये तो 1000 रुपया जिहड़ा आ लै के उह पराली चुक रहे आ। उस करके जिहड़े किसान आ उह बहुत परेशान आ कि सानू पराली चुकण दे जिहड़े आ उह नजायज़ पैसे जिहड़े आ उह देने पै रहे आ। सो आपां सारी जिहड़ी आ इह गल्लबात करके इह जानकारी जिहड़ी आ उह हासिल करांगे। ਕੀ ਸ਼ੁਭ ਨਾਮ ਹੈਗਾ ਵੀਰ ਆਪਣਾ? ਪਵਿੱਤਰ ਸਿੰਘ ਜੀ। ਪਵਿੱਤਰ ਸਿੰਘ, ਪਵਿੱਤਰ ਸਿੰਘ ਕਿਹੜਾ ਪਿੰਡ ਆਪਣਾ? ਸ਼ੇਰਪੁਰ ਬੇਟ ਜੀ। ਸ਼ੇਰਪੁਰ ਬੇਟ, ਤੁਸੀਂ ਪਹਿਲਾਂ ਪਰਾਲੀ ਬਣਵਾਈ ਹੈ? ਹਾਂਜੀ, ਪਰਾਲੀ ਬਣਵਾਈ ਹੈ ਜੀ। ਹਾਂਜੀ, ਫਿਰ ਜਿਹੜੀ ਤੁਸੀਂ ਪਰਾਲੀ ਬਣਾਈ ਆ ਉਹਦੇ ਤੁਹਾਨੂੰ ਪੈਸੇ ਦੇਣੇ ਪਏ ਆ? ਹਾਂਜੀ, ਪੈਸੇ 500 ਰੁਪਏ ਕਿੱਲਾ ਦਿੱਤਾ ਜੀ। 6 ਕਿੱਲੇ ਮੈਂ ਬਣਾਏ ਤੇ 3000 ਰੁਪਇਆ ਦਿੱਤਾ ਇਹਨਾਂ ਨੂੰ ਮੈਂ ਜੀ। ਕਿੰਨਾ ਕੁ ਦੁੱਖ ਲੱਗਿਆ ਜੋ ਜਾਨੀ ਤੁਹਾਨੂੰ ਜਿਹੜੀ ਆ, ਜਦਕਿ ਸਰਕਾਰ ਨੇ ਪੂਰੀਆਂ ਹਦਾਇਤਾਂ ਦਿੱਤੀਆਂ ਹੋਈਆਂ ਕਿ ਕੋਈ ਪੈਸਾ ਨਹੀਂ ਲੈਣਾ ਕਿਸਾਨ ਤੋਂ, ਕੋਈ ਕੁਛ ਨਹੀਂ, ਫਿਰ 3000 ਰੁਪਇਆ ਤੁਹਾਡਾ ਜਿਹੜਾ ਜੇਬ 'ਚੋਂ ਗਿਆ, ਕਿੰਨਾ ਕੁ ਤੁਹਾਨੂੰ ਦੁੱਖ ਲੱਗਿਆ ਇਸ ਗੱਲ ਦਾ? ਬਹੁਤ ਦੁੱਖ ਲੱਗਿਆ ਜੀ। ਤੁਸੀਂ ਕਿਸਾਨ ਹੈਗੇ ਆ, ਇਸ ਵਕਤ ਤੁਸੀਂ ਮੰਡੀ ਦੇ ਵਿੱਚ ਖੜੇ ਆ, ਕੀ ਸ਼ੁਭ ਨਾਮ ਹੈਗਾ ਜੀ ਆਪਣਾ ਜੀ? ਮੇਰਾ ਨਾਮ ਯਾਦਵਿੰਦਰ ਸਿੰਘ ਹੈ ਜੀ, ਪਿੰਡ ਕੱਚਾ ਮਾਛੋੜਾ ਜੀ। ਯਾਦਵਿੰਦਰ ਸਿੰਘ ਜੀ, ਕੱਚੇ ਮਾਛੋੜੇ ਸਾਹਿਬ, ਕੱਚੇ ਮਾਛੋੜੇ ਤੁਸੀਂ ਹੈਗੇ ਆ, ਕਿੰਨੇ ਕਿੱਲੇ ਤੁਸੀਂ ਜਿਹੜੇ ਆ ਇਸ ਟਾਈਮ ਪਰਾਲੀ ਦੇ ਉਹ ਕਟਵਾ ਚੁੱਕੇ ਆ? ਅਸੀਂ 14-15 ਕਿੱਲੇ ਕਟਵਾਤੇ ਜੀ। 14-15 ਕਿੱਲੇ ਤੁਸੀਂ ਕਟਵਾਏ ਆ, ਤੁਹਾਨੂੰ ਕਿੰਨੇ ਪੈਸੇ ਦੇਣੇ ਪਏ ਇਹ ਜਿਹੜੇ 14-15 ਕਿੱਲੇ ਕਟਵਾਏ ਹੈਗੇ ਆ? ਪਰ ਕਿੱਲਾ ਕਿੰਨੇ ਪੈਸੇ ਦਿੱਤੇ? 500 ਰੁਪਇਆ ਭਾਜੀ ਇੱਕ ਕਿੱਲੇ ਦਾ ਲੱਗੇ। ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਵੀ ਸਰਕਾਰ ਕਹਿੰਦੀ ਆ ਕਿ ਇਹ ਜਿਹੜੀ ਇਹ ਪਰਾਲੀ ਆ ਇਹ ਮਸ਼ੀਨਾਂ ਵਾਲਿਆਂ ਨੇ ਫ੍ਰੀ ਚੁੱਕਣੀ ਆ? ਭਾਜੀ ਉਹ ਕਹਿੰਦੇ ਆ ਵੀ ਸਾਨੂੰ ਜਿਵੇਂ ਤੇਲ ਦਾ ਖਰਚਾ ਸੀ ਉਹ ਲੈਣੇ ਆ। ਅੱਛਾ, ਵੀ ਜੇ ਦੂਰ ਜਾਂਦੇ ਆ ਸਾਨੂੰ ਟਰੈਕਟਰ ਦਾ ਖਰਚਾ ਪੈਂਦਾ, ਵੀ ਉਹ 500 ਰੁਪਇਆ ਸਾਨੂੰ ਦਓ। ਅੱਛਾ, ਜਦਕਿ ਗੱਲ ਇਹ ਹੈਗੀ ਆ ਕਿ ਜਿਹੜੀਆਂ ਸਰਕਾਰਾਂ ਆ ਉਹਨਾਂ ਨੇ ਏਰੀਆ ਜਿਹੜਾ ਆ ਉਹ ਵੰਡ ਕੇ ਦਿੱਤਾ ਹੋਇਆ ਕਿ ਤੁਸੀਂ ਇਸ ਏਰੀਏ ਦੇ ਵਿੱਚ ਮਸ਼ੀਨ ਚਲਾਉਣੀ ਆ, ਫਿਰ ਇਦਾਂ ਦਾ ਕੋਈ ਤੁਹਾਨੂੰ ਉਹਦੇ ਬਾਰੇ ਨੌਲੇਜ ਨਹੀਂ ਸੀ? ਪਿਛਲੀ ਵਾਰੀ ਫ੍ਰੀ ਚੱਕਿਆ ਸਾਰਿਆਂ ਨੇ। ਠੀਕ ਆ ਠੀਕ ਆ, ਆਪਣੇ 3000 ਮਸ਼ੀਨਾਂ ਚੱਲਦੀਆਂ ਫ੍ਰੀ ਲਿਆ ਉਹਨਾਂ ਨੇ। ਇਸ ਵਾਰ ਵੀ ਕੁਝ ਮਸ਼ੀਨਾਂ ਤਾਂ ਫ੍ਰੀ ਚੱਕ ਰਹੀਆਂ, ਕੋਈ ਚੱਕਦੇ ਆ ਫ੍ਰੀ। ਹਾਂਜੀ, ਸਾਨੂੰ ਪਤਾ ਲੱਗਿਆ, ਫਿਰ ਉਹ ਚੱਕਦੇ ਨਹੀਂ 15-15 ਦਿਨ ਤੇ ਆਈ ਰਹਿੰਦਾ ਆਪਣੇ ਖੇਤਾਂ ਤੇ। ਬਾਕੀ ਹੁਣ ਆਪਾਂ ਨੂੰ ਕਟਰ ਮਾਰ ਕੇ ਦੇਣਾ ਉਹਨਾਂ ਨੂੰ ਤੇ ਉਹ ਕਹਿੰਦੇ ਵੀ ਸਾਨੂੰ 500 ਰੁਪਇਆ ਖਰਚਾ ਪੈਂਦਾ ਸਾਨੂੰ ਤੇਲ ਦਾ ਖਰਚਾ। ਚਲੋ ਜੇ ਬਾਈ ਚਾਂਸ ਇਦਾਂ ਦੀ ਨੌਬਤ ਆਉਂਦੀ ਆ ਕਿ ਹੁਣ ਇਹਦੇ ਗੱਲ ਤੋਂ ਬਾਅਦ ਦੇ ਵਿੱਚ ਮਸ਼ੀਨਾਂ ਨਹੀਂ ਆਉਂਦੀਆਂ, ਫਿਰ ਜ਼ਿਮੀਦਾਰ ਅੱਗ ਲਾਉਣ ਲਈ ਤਾਂ ਮਜਬੂਰ ਹੋਊਗਾ? ਇਹ ਕਰੀਏ ਕਿ ਟਰੈਕਟਰ ਛੋਟੇ ਜੀ, ਕਿਉਂ ਪਰਾਲੀ ਦਾ ਤਾਂ ਕੋਈ ਹੱਲ ਹੀ ਨਹੀਂ, ਵੱਡੇ ਟਰੈਕਟਰ ਹੁਣ ਸੁਪਰ ਸੀਡਰ ਨਾਲ ਕਣਕ ਬੀਜੂ, ਉਹ ਛੋਟੇ ਟਰੈਕਟਰ ਦਾ ਸੁਪਰ ਸੀਡਰ ਖਿੱਚਣਾ ਹੀ ਨਹੀਂ, ਉਹਦਾ ਕੋਈ ਚੱਕੋ ਜਾਣਾ ਨਾ, ਉਹਦੇ ਮਗਰ ਲਿਫਟ ਹੀ ਚੱਕਣੀ ਉਹਨੇ। ਬਿਲਕੁਲ, ਫਿਰ ਦੱਸੋ ਇਹ ਕੀ ਕਰੀਏ? ਫਿਰ ਅੱਗ ਲਾਉਣੀ ਮਤਲਬ ਕਿ ਅੱਗ ਹੀ ਹੁਣ ਫਿਰ ਪੁਲਿਸ ਵਾਲੇ ਆ ਕੇ ਦੁਖੀ ਕਰ ਦੇਣੇ, ਦੁਖੀ ਕਰ ਦੇ ਤਾਂ ਕਹਦੇ ਵੀ ਚਲਾਨ ਕੱਟਾਂਗੇ। ਠੀਕ ਹੈ, ਧੰਨਵਾਦ। ये क्या नाम है आपके मालिक का? अंबे सदा। अंबे, ये कहाँ का है? मतोते का। मतोता का, वो संदीप जो है? हाँ, संदीप है क्या और है? संदीप अंबा है, दो है, दो 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 है ना। तो ये रोपड़ जिले में पड़ता है मतोता? हाँ जी। है ना, तो ये जिला पता है आपको कौन सा है? ये लुधियाना जिला। लुधियाना जिला है ना। तो आपने कब से चल रहा है आपका मशीन यहाँ? नवे लिए, लेवे किया है। अच्छा, हो गया 8-10 रोज? हाँ, 8-10 रोज। तो वो इधर इधर ये चलेगी मशीन के कहीं और जाएगा? दोनों पे क्या पकड़ता है, इधर भी उधर भी। लुधियाना में भी चलेगी और रोपड़ में भी चलेगी, है ना। जिहड़ी मशीन मतोता तो शेरपुर दे विच चल रही आ उहदा जिहड़ा अगे मुंशी रख्या होया जिहड़ा फील्ड दे विच घूम के सारी रिकवरी चैक करदा, ਉਹਦੇ ਨਾਲ ਆਪਾਂ ਗੱਲ ਕਰਦੇ ਹਾਂ ਕਿ ਕਿੰਨੇ ਪੈਸੇ ਲੈ ਕੇ
ਇਹ ਜਿਹੜੀ ਇਹ ਜਿਹੜੀਆਂ ਪੰਡਾਂ ਉਹ ਚੱਕਦੇ ਆ ਤੇ ਉਹਦੀ ਰੈਕਿੰਗ ਕਰਾਉਂਦੇ ਆ। ਕੀ ਸ਼ੁਭ ਨਾਮ ਹੈਗਾ ਵੀ ਤੇਰਾ? ਮੇਰਾ ਨਾਮ ਗੁਰਮਨ ਹੈ ਜੀ। ਨਾਮ ਗੁਰਮਨ ਸਿੰਘ। ਕਿਹੜਾ ਪਿੰਡ ਤੇਰਾ? ਤੋਤਾ ਪਿੰਡ। ਮੈਂ ਤੋਤਾ ਪਿੰਡ ਆ। ਇਹ ਜਿਹੜੀ ਤੁਹਾਡੀ ਮਸ਼ੀਨ ਇੱਥੇ ਚੱਲ ਰਹੀ ਹੈ ਸ਼ੇਰਪੁਰ ਦੇ ਵਿੱਚ, ਇਹ ਏਰੀਆ ਤੁਹਾਨੂੰ ਪ੍ਰੋਵਾਈਡ ਹੋਇਆ ਹੋਇਆ ਸਰਕਾਰ ਵੱਲੋਂ? ਪਤਾ ਨਹੀਂ ਆਪਾਂ ਦਾ ਜੀ। ਅੱਛਾ ਚਲੋ ਖੈਰ ਕੋਈ ਗੱਲ ਨਹੀਂ। ਦੂਜੀ ਗੱਲ, ਹੁਣ ਕਿੰਨੇ ਪੈਸੇ ਲੈ ਕੇ ਜਿਹੜਾ ਆ ਉਹ ਤੁਸੀਂ ਇਹ ਤੇਲ ਦਾ ਖਰਚਾ ਹੀ ਲੈਣੇ ਆ? ਠੀਕ ਹੈ ਨਾ ਜੀ। ਕਿੰਨਾ ਪੈਸਾ? 1000 ਰੁਪਈਆ? 500 ਰੁਪਈਆ? 500 ਰੁਪਏ ਕਿੱਲੇ ਪਰ ਬਾਈ। ਇਹ ਰੌਲਾ ਇਹ ਨਹੀਂ, ਸਰਕਾਰ ਨੇ ਤੈਨੂੰ ਪਤਾ ਕਿੰਨੀ ਸਬਸਿਡੀ ਦਿੱਤੀ ਆ ਤੁਹਾਨੂੰ? ਜਦੋਂ ਅੱਗ ਲੱਗੂਗੀ ਤਾਂ ਜਿਹੜਾ ਪ੍ਰਦੂਸ਼ਣ ਫੈਲੂਗਾ, ਹੈ ਨਾ। ਤੁਹਾਨੂੰ ਪ੍ਰਦੂਸ਼ਣ ਨਾ ਫੈਲੇ ਇਸ ਕਰਕੇ ਮਸ਼ੀਨਾਂ ਦਿੱਤੀਆਂ ਗਈਆਂ। ਧੀਰਜ, ਕੀ ਸ਼ੁਭ ਨਾਮ ਹੈਗਾ ਜੀ ਆਪਣਾ? ਧੀਰਜ ਬਲੋਤਰਾ ਜੀ। ਧੀਰਜ ਬਲੋਤਰਾ ਜੀ, ਤੁਸੀਂ ਬੇਲਰ ਮਸ਼ੀਨ ਚਲਾ ਰਹੇ ਹੋ? ਹਾਂਜੀ ਜੀ। ਤੇ ਕਿਹੜਾ ਏਰੀਆ ਹੈਗਾ ਆਪਣਾ? ਰੋਪੜ ਜ਼ਿਲ੍ਹਾ ਜੀ। ਰੋਪੜ ਜ਼ਿਲ੍ਹਾ, ਇਹ ਲੁਧਿਆਣਾ ਜ਼ਿਲ੍ਹਾ ਆ। ਇਹਦੇ ਵਿੱਚ ਤੁਹਾਨੂੰ ਮਤਲਬ ਕਿ ਏਰੀਆ ਪ੍ਰੋਵਾਈਡ ਕਰਿਆ ਹੋਇਆ ਕਿਸੇ ਸਰਕਾਰ ਵੱਲੋਂ? ਨਹੀਂ ਜੀ। ਜਦੋਂ ਤੁਹਾਨੂੰ ਇਸ ਏਰੀਆ 'ਚ ਪ੍ਰੋਵਾਈਡ ਨਹੀਂ ਕੀਤਾ ਹੋਇਆ, ਫਿਰ ਤੁਸੀਂ ਇਸ ਏਰੀਆ 'ਚ ਫਿਰ ਮਸ਼ੀਨ ਕਿਵੇਂ ਚਲਾਉਂਦੇ ਆ? ਕਿਉਂਕਿ ਹੱਦ ਲੱਗਦੀ ਹੈ ਜੀ ਇਹ ਰੋਪੜ ਜ਼ਿਲ੍ਹੇ ਦੀ ਅਤੇ ਲੁਧਿਆਣੇ ਜ਼ਿਲ੍ਹੇ ਦੀ। ਨਹੀਂ ਦੇਖੋ ਬਿਲਕੁਲ, ਹੁਣ ਕਿੰਨਾ ਚਿਰ ਤੁਸੀਂ ਮਸ਼ੀਨ ਇਸ ਏਰੀਏ 'ਚ ਚਲਾਓਗੇ? ਬਸ ਅੱਜ ਦਾ ਦਿਨ ਹੈ ਜੀ, ਅੱਜ ਦਾ ਦਿਨ ਵੀ ਨਹੀਂ ਹੈਗਾ ਜੀ, ਮਸ਼ੀਨ ਸਾਡੀ ਹੁਣ ਉੱਥੇ ਚੱਲਦੀ ਵੀ ਰੋਪੜ ਜ਼ਿਲ੍ਹੇ 'ਚ ਜੀ। ਹਾਂ ਹੁਣ ਦੇਖੋ ਇਹ ਗੱਲ ਆ, ਤੁਹਾਡੇ ਕਰਕੇ ਇਸ ਏਰੀਏ ਦੇ ਵਿੱਚ ਹੋਰ ਮਸ਼ੀਨ ਆਈ ਕੋਈ ਨਹੀਂ, ਹੁਣ ਤੁਸੀਂ ਇੱਥੋਂ ਚਲੇ ਜਾਣਾ ਹੈਗਾ। ਇਸ ਏਰੀਏ ਦਾ ਬਾਲੀ ਵਾਰਿਸ ਕੌਣ ਹੋਊਗਾ? ਮੇਰੇ ਕਰਕੇ ਕਿਉਂ ਨਹੀਂ ਆਈ ਜੀ? ਨਹੀਂ ਨਹੀਂ ਦੇਖੋ ਪਤਾ ਕੀ ਗੱਲ ਆ, ਜਿਹੜੇ ਲੋਕ ਇਸ ਏਰੀਏ ਦੇ ਲੋਕ ਹੈਗੇ ਉਹਨਾਂ ਨੂੰ ਇਹ ਸੀ ਆਲਰੇਡੀ ਕਿ ਸਾਡੇ ਏਰੀਏ 'ਚ ਤਾਂ ਮਸ਼ੀਨਾਂ 2-3 ਚੱਲਦੀਆਂ ਆ, ਹੈ ਨਾ। ਉਹਨਾਂ ਨੇ ਕਿਤੇ ਕੋਈ ਪਹੁੰਚ ਨਹੀਂ ਕੀਤੀ। ਹੁਣ ਜਦੋਂ ਤੁਸੀਂ ਇਸ ਏਰੀਏ ਤੋਂ ਲੋਕਾਂ ਨੂੰ ਪਤਾ ਲੱਗਿਆ ਕਿ ਤੁਸੀਂ ਏਰੀਏ ਤੋਂ ਚਲੇ ਜਾਣਾ ਆ, ਹੁਣ ਲੋਕਾਂ ਦੇ ਵਿੱਚ ਜਾਗਰਤੀ ਆਈ ਵੀ ਸਾਨੂੰ ਤਾਂ ਕੋਈ ਮਸ਼ੀਨ ਹੀ ਨਹੀਂ ਮਿਲੀ ਹੈਗੀ, ਹੈ ਨਾ। ਪਹਿਲਾਂ ਤੁਸੀਂ ਮੇਰੇ ਕੋਲ ਤਾਂ ਮਸ਼ੀਨ ਹੀ ਇੱਕ ਹੈ ਜੀ। ਚਲੋ ਇੱਕ ਮਸ਼ੀਨ ਹੈਗੀ ਆ ਤੇ ਇੱਕ ਮਸ਼ੀਨ ਨਾਲ ਮੈਂ ਕਿੰਨਾ ਕੰਮ ਕਰ ਲੂੰਗਾ ਜੀ? ਤੁਸੀਂ ਮੇਰੇ ਕਹਿਣ ਦਾ ਭਾਵ ਇਹ ਆ ਵੀ ਤੁਸੀਂ ਜਿਹੜੀ ਹੁਣ ਇੱਥੇ ਜਿਹੜੇ ਪਹਿਲਾਂ ਆ ਗਏ ਉਹ ਤੁਸੀਂ ਇਸ ਏਰੀਏ 'ਚ ਕਿਉਂ ਆਏ? ਆਪਣੇ ਏਰੀਏ 'ਚ ਤੁਸੀਂ ਕੰਮ ਕਿਉਂ ਨਹੀਂ ਸ਼ੁਰੂ ਕੀਤਾ? ਹਜੇ ਉੱਧਰ ਵਾਢੀ ਨਹੀਂ ਸ਼ੁਰੂ ਹੋਈ ਸੀ। ਹਾਂ ਚਲੋ ਠੀਕ ਹੈ ਨਾ, ਦੇਖੋ ਤੁਸੀਂ ਆਪਣੇ ਬੈਨੀਫਿਟ ਦੇ ਲਈ ਇੱਥੇ ਕੰਮ ਕਰ ਲਿਆ, ਹੁਣ ਜਦੋਂ ਇਹ ਲੋਕ ਹੈ ਨਾ ਤੁਹਾਡੇ 'ਤੇ ਡਿਪੈਂਡ ਹੋ ਗਏ, ਹੁਣ ਤੁਸੀਂ ਇਹਨਾਂ ਨੂੰ ਛੱਡ ਕੇ ਚਲੇ ਜਾਓਗੇ, ਫਿਰ ਇਹਨਾਂ ਦਾ ਕੀ ਬਣੂ? ਇਹ ਤਾਂ ਦੇਖੋ ਜੀ ਮੈਂ ਕੁਛ ਨਹੀਂ ਕਹਿ ਸਕਦਾ ਇਹਦੇ ਬਾਰੇ ਜੀ। ਸੋ ਤੁਸੀਂ ਦੇਖ ਸਕਦੇ ਆ ਕਿ ਜ਼ਿਮੀਂਦਾਰ ਦੀ ਪੂਰੀ ਲੁੱਟ ਖਸੁੱਟ ਕਰਕੇ ਇਹ ਜਿਹੜੇ ਡੰਪ ਇੱਥੇ ਲਗਾਏ ਗਏ ਆ। ਸੋ ਇਹ ਬੇਲਰ ਮਸ਼ੀਨ ਵਾਲਿਆਂ ਦਾ ਤਾਂ ਮਸਲਾ ਹੱਲ ਹੋ ਗਿਆ, ਪਰ ਜਿਹੜਾ ਕਿਸਾਨ ਹੈਗੇ ਆ ਉਹ ਜਿਉਂ ਦੇ ਤਿਉਂ ਉਹ ਵਿਚਾਰੇ ਦੁਖੀ ਆ, ਕਿਉਂਕਿ ਪੈਸੇ ਲੈ ਕੇ ਉਹਨਾਂ ਕੋਲੋਂ ਜਿਹੜੀਆਂ ਇਹ ਡੰਪ ਆ ਇਹ ਲਾਏ ਗਏ ਆ, ਤੇ ਉਹ ਉਹਨਾਂ ਬੰਦਿਆਂ ਦੀ ਹੀ ਜਿਹੜੀ ਪਰਾਲੀ ਚੁੱਕੀ ਜਾ ਰਹੀ ਆ ਜਿਹੜੇ ਪੈਸੇ ਦਿੰਦੇ ਆ, ਜਾਂ ਕਿਸੇ ਨਾ ਕਿਸੇ ਤਰ੍ਹਾਂ ਦਾ ਲਾਲਚ ਦੇ ਕੇ ਇਹ ਕੰਮ ਉਹ ਚੱਲ ਰਿਹਾ।